ਅੱਜ ਅਸੀਂ ਕਰਾ ਰਹੇ ਰੰਗ, ਮੇਰਾ ਆਇਆ ਰੰਗ ਕਰਨ ਵਾਸਤੇ, ਇਹਨੂੰ ਆਖਿਆ ਸਾਨੂੰ ਜਾਲੀਆਂ ਵੀ ਕਰਦੇ ਰੰਗ, ਤੇ ਇਹ ਕੀ ਅਸੀਂ ਜਿਹੜਾ ਫਰੇਮ ਬਣਾਇਆ ਸੀ ਨਾ ਮਸਜਿਦ ਦਾ, ਉਹ ਚਪਲੀਆਂ ਰੱਖਣ ਵਾਸਤੇ, ਤੇ ਉਹ ਕਾਫੀ ਦਿਨ ਹੋ ਗਏ ਨੇ ਤਿਆਰ ਹੋ ਗਿਆ, ਲੇਕਿਨ ਰੰਗ ਨਹੀਂ ਕਰਦੇ ਹੈਗੇ, ਤੇ ਅੱਜ ਮੀਰਾ ਨੂੰ ਬੁਲਾਇਆ, ਰੰਗ ਲਿਆਂਦਾ ਕਾਲਾ, ਤੇ ਉਹ ਰੰਗ ਕਰਨੇ ਆ ਕੁਛ ਸਪਰੇ ਨਾਲ। ਮੈਂ ਤਾਂ ਆਖਿਆ ਬੁਰਸ਼ ਨਾਲ ਕਰ ਲੈਂਦੇ, ਲੇਕਿਨ ਮੀਰਾ ਕਹਿੰਦਾ ਮੇਰੇ ਕੋਲ ਗਨ ਹੈ ਤੇ ਉਹਦੇ ਨਾਲ ਕਰਨੇ ਆ, ਇਹ ਜਿਹੜੀ ਮਸ਼ੀਨ ਹੈ ਨਾ ਸਪਰੇ ਮਸ਼ੀਨ ਹੈ, ਤੇ ਉਹ ਮਾਸ਼ਾਅੱਲਾ ਬੜਾ ਸੋਹਣਾ ਹੁੰਦਾ ਪਿਆ ਰੰਗ, ਮੀਰਾ ਲੱਗਿਆ ਕਰਨ। ਫਿਰ ਆ ਦਰਵਾਜ਼ਾ, ਜੇ ਰੰਗ ਵੱਧ ਗਿਆ ਤਾਂ ਇਹ ਜਿਹੜਾ ਦਰਵਾਜ਼ਾ ਵੀ ਕਰਨਾ, ਜੇ ਨਾ ਵਧਿਆ ਤਾਂ ਫਿਰ ਕੋਈ ਨਹੀਂ ਕਰਨਾ। ਮੁੰਡਾ ਤਾਂ ਸਾਡਾ ਕਾਰੀਗਰ ਹੈ, ਵਧਾ ਲਏ ਇਹਦਾ। ਗਰੀਲਾ ਆਖਿਆ ਸਾਡੀਆਂ ਕਾਰ ਦੇ, ਅਤੇ ਉਹ ਪੈਸੇ ਹੀ ਚੌਖੇ ਦੱਸਦਾ ਪਿਆ, ਕਹਿੰਦਾ 10,000 ਰੁਪਈਆ ਲੈਣਾ ਤੁਹਾਡੇ ਕੋਲ। ਜੀ ਤਾਂ ਮੇਰੇ ਪਿਆਰੇ ਪਿਆਰੇ ਦੋਸਤੋ, ਸਾਡਾ ਫਰੇਮ ਰੰਗ ਹੋ ਗਿਆ, ਮਾਸ਼ਾਅੱਲਾ ਬਿਹਤਰੀਨ ਹੋ ਗਿਆ, ਕੰਮ ਗਿਆ ਮੁੱਕ। ਤੈਨੂੰ ਕੀ ਮਸਲਾ, ਤੇਰੀ ਨਾ ਬਣਾਈਏ। ਅੱਛਾ, ਅਤੇ ਇਹ ਥੱਲੇ ਜਿਹੜਾ ਕੋਨਾ ਹੈ ਨਾ ਇਹਦਾ, ਇਹਦੇ 'ਚ ਰਹਿੰਦਾ, ਫਿਰ ਇਹਦੇ 'ਚ ਨਾ ਰਬੜ ਲਿਆ ਕੇ ਝਾੜਨੇ। ਅਤੇ ਇਹ ਫਰੇਮ ਸਾਡਾ ਰੰਗ ਹੋ ਗਿਆ, ਅਤੇ ਰੰਗ ਸਾਡਾ ਖਤਮ ਹੋ ਗਿਆ, ਕੋਈ ਹੋਰ ਕੋਈ ਨਹੀਂ ਹੈ, ਕੋਈ ਇਹ ਦਰਵਾਜ਼ੇ 'ਤੇ ਮਾਰ ਜਾਂਦਾ ਅੰਦਰ ਵਾਲੀ ਸਾਈਡ, ਮਤਲਬ ਪਾਣੀ ਬੇਸ਼ੱਕ ਪੈਟਰੋਲ ਹੋਰ ਪਾ ਲੈਣਾ ਥੋੜ੍ਹਾ ਜਿਹਾ ਜਿਹਾ ਕਾਲਾ, ਸਾਡਾ ਦਰਵਾਜ਼ਾ ਜਿਹੜਾ ਵੀ ਹੋ ਜਾਂਦਾ ਇਨਸ਼ਾਅੱਲਾ, ਚਾਹੇ ਬਾਹਰੋਂ ਕੀਤਾ ਚਾਹੇ ਅੰਦਰੋਂ ਕੀਤਾ, ਅੰਦਰੋਂ ਹੀ ਕਰਨਾ ਬਾਹਰ ਦੀ ਖੈਰ ਹੀ। ਇਹ ਸਾਰਾ ਕਲੀਅਰ ਹੋ ਗਿਆ ਅਲਹਮਦੁਲਿਲਾ, ਮਸਜਿਦ ਦਾ ਕੰਮ, ਅਤੇ ਮੀਰਾਂ ਜਿਹੜਾ ਫ੍ਰੀ ਕਰ ਰਿਹਾ, ਮੈਂ ਤੁਹਾਡੇ ਨਾਲ ਮਜ਼ਾਕ ਲੱਗਿਆ ਸੀ, ਫ੍ਰੀ ਕਰ ਰਿਹਾ। ਅੱਛਾ, ਕਿਸੇ ਭੈਣ ਭਰਾ ਨੂੰ ਅਗਰ ਪਤਾ ਹੋਵੇ, ਮੈਨੂੰ ਲੱਗੀ ਹਿੜਕੀ, ਅੱਜ ਦੂਸਰਾ ਦਿਨ ਹੈ, ਇਹ ਨਹੀਂ ਰੁਕਦੀ ਵੀ, ਇਹਦਾ ਕੋਈ ਇਲਾਜ ਕਿਸੇ ਕੋਲ ਹੋਵੇ ਤਾਂ ਮੈਨੂੰ ਦੇਸੀ ਇਲਾਜ ਦੱਸੋ, ਕਮੈਂਟ ਕਰਕੇ ਜ਼ਰੂਰ ਦੱਸਣਾ, ਠੀਕ ਹੈ। ਹਿੜਕੀ ਲੱਗੀ, ਹਿੜਕੀ ਨਹੀਂ ਰੁਕਦੀ ਹੈ, ਪਾਣੀ ਪੀ ਪੀ ਕੇ, ਦੁੱਧ ਪੀ ਪੀ ਕੇ, ਕੋਈ ਨਹੀਂ ਰੁਕਦੀ ਹੈ। ਮੇਰਾ ਕਹਿੰਦਾ ਵਾ ਮੇਰੀ ਵੀਡੀਓ ਨਾ ਬਣਾਈ ਹੈ, ਤਾਂ ਮੈਂ ਜਾਣ ਬੁੱਝ ਕੇ ਦੀ ਵੀਡੀਓ ਬਣਾਉਂਦਾ। ਇਹ ਭਾਈ ਹੈ ਛੋਟਾ, ਆਪਣਾ ਰੰਗ ਦਾ ਕੰਮ ਕਰਦਾ ਹੈ। ਅਗਰ ਕਿਸੇ ਨੇ ਡਿੰਗੇ ਸ਼ਹਿਰ ਦੇ ਏਰੀਏ 'ਚ ਰੰਗ ਕਰਵਾਉਣਾ ਹੋਵੇ, ਕੋਠੀ, ਸੀਲਿੰਗ, ਦਰਵਾਜ਼ੇ, ਗਰਿੱਲਾਂ, ਇਹਦਾ ਨੰਬਰ ਮੈਂ ਸ਼ੇਅਰ ਕਰਾਂਗਾ, ਤਾਂ ਰਾਬਤਾ ਕਰ ਸਕਦੇ। ਡਿੰਗੇ ਦੇ ਅੱਗੇ ਪਿੱਛੇ ਜਿਤਨੇ ਪਿੰਡ ਨੇ, ਉੱਥੇ ਕਿਸੇ ਨੂੰ ਵੀ ਰੰਗ ਦਾ ਕੰਮ ਜ਼ਰੂਰਤ ਹੋਵੇ, ਗਰੰਟੀ ਵਾਲਾ ਕੰਮ ਜਿਹੜਾ ਨਾ ਉਹ ਕਰੇਗਾ ਇਨਸ਼ਾਅੱਲਾ। ਮਸ਼ੀਨਾਂ ਰੱਖੀਆਂ, ਸੂਸ ਗੱਲ ਹੈ, ਸਾਰਾ ਕੁਝ ਹੈ ਜੀ ਦੋਸਤੋ। ਅਲਹਮਦੁਲਿਲਾ ਸਾਡਾ ਰੰਗ ਬਚ ਗਿਆ, ਦਰਵਾਜ਼ਾ ਵੀ ਹੋ ਜਾਣਾ ਅਲਹਮਦੁਲਿਲਾ, ਦਰਵਾਜ਼ਾ ਸ਼ੁਰੂ ਕਰ ਲਿਆ ਸੀ, ਅਤੇ ਇਹ ਕਰਕੇ ਅਤੇ ਫਿਰ ਕੰਮ ਸਾਡਾ ਖਤਮ ਹੋ ਜਾਂਦਾ। ਫਿਰ ਆ ਜਿਹੜੇ ਗਰਿੱਲੇ, ਇਹਦੇ ਉੱਤੇ ਲਾਂਘੀਆਂ ਨੇ ਫੱਟੀਆਂ, ਇਹ ਜਿਹੜੀ ਹੈ ਨਾ ਇਹ ਥੋੜ੍ਹਾ ਸਪੇਸ ਜ਼ਿਆਦਾ ਹੈ, ਅਤੇ ਜਿਸ ਵੇਲੇ ਚੱਪਲੀਆਂ ਉੱਤੇ ਰੱਖੀਆਂ ਥੱਲੇ ਪੈ ਪੈਂਦੀਆਂ, ਇਹਦੇ ਉੱਤੇ ਨਾ ਜਾਂ ਲੱਕੜੀ ਦੀ ਫੱਟੀ ਜਾਂ ਪਲਾਸਟਿਕ ਦੀ ਕੋਈ ਚੀਜ਼, ਮੈਂ ਹੁਣ ਸ਼ਹਿਰ ਚੱਲਾਂ, ਉੱਥੇ ਕੋਈ ਢੂੰਡਾਂ ਦਾ ਵਾ ਜਿਹੜਾ ਇਹਦੇ ਉੱਤੇ ਨਾ ਰੱਖਣ ਵਾਸਤੇ, ਉੱਤੇ ਬੂਟ, ਚੱਪਲੀਆਂ, ਕੋਈ ਵੀ ਬੰਦਾ ਰੱਖੇ ਤਾਂ ਗਿਰਨ ਨਾ। ਕੰਮ ਇਨਸ਼ਾਅੱਲਾ ਇਹਨਾਂ ਸੋਹਣਾ ਕਰਨਾ, ਅੱਗੇ ਸਾਡੀ ਮਸਜਿਦ ਦਾ ਵਿਲਾਗ ਕਰਨਾ ਚਾੜਿਆ, ਅੰਦਰੂ ਮਸਜਿਦ ਦਾ ਬੜਾ ਪਿਆਰਾ ਸੀਲਿੰਗ, ਰੰਗ, ਟਾਈਲਾਂ, ਆਰ ਸ਼ੈਨੀ ਇੰਨੀਆਂ ਹੋ ਗਿਆ, ਰਹਿ ਗਈ ਸੀ ਇਹ ਵੀ ਕਰ ਦੇਣੀ ਇਨਸ਼ਾਅੱਲਾ। ਇੱਕ ਕੰਮ ਹੋਰ ਰਹਿ ਗਿਆ, ਜਿਹੜੇ ਮਸਜਿਦ ਦੇ ਵਿੱਚ ਇੱਕ ਮਰਾਬ ਤੋਂ ਇਸ ਸਾਈਡ 'ਤੇ, ਇੱਕ ਇਸ ਸਾਈਡ 'ਤੇ ਨਾ ਸ਼ੀਸ਼ਾ ਲੱਗਾ ਆ, ਉਹ ਕੁਰਾਨ ਪਾਕ ਰੱਖਣ ਵਾਸਤੇ ਅਲਮਾਰੀਆਂ ਬਣਾਈਆਂ ਨੇ, ਉਹ ਸ਼ੀਸ਼ਾ ਜਿਹੜਾ ਜਿਸ ਵੇਲੇ ਬੰਦਾ ਸਾਹਮਣੇ ਖਲੋਵੇ ਨਾ, ਅਤੇ ਉਹ ਆਪਣਾ ਐਕਸ ਜਿਹੜਾ ਸ਼ੀਸ਼ੇ 'ਚ ਨਜ਼ਰ ਆਉਂਦਾ ਨਮਾਜ਼ ਪੜ੍ਹਦਿਆਂ, ਉੱਥੇ ਪੜਦੇ ਲਾਣੇ ਨੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਆਸਤਾ ਆਸਤਾ ਸਾਰਾ ਜਿਹੜਾ ਨਾ ਮਸਜਿਦ ਦਾ ਮਾਹੌਲ ਹੈ, ਮੀਆਂ ਮੀਆਂ ਕਰ ਸਕਦੇ ਇਨਸ਼ਾਅੱਲਾ।